ਕਹਿੰਦੇ ਦੁੱਧ ਦਹੀਂ ਅਤੇ ਮੱਖਣ ਦੇ ਨੂੰ ਨਵਾਂ ਨਵਾਂ ਰੱਖਣ। ਐਤਵਾਰ ਨੂੰ ਆਪਾਂ ਮਿਲਾਂਗੇ ਦੁੱਗਰੀ ਲੁਧਿਆਣਾ ਦੇ ਵਿੱਚ, ਦੁੱਗਰੀ ਫੇਸ 1 ਦੇ ਵਿੱਚ ਹਰ ਐਤਵਾਰ ਨੂੰ ਮਿਲਾਂਗੇ ਜੀ। ਸ਼ੂਗਰ ਘੱਟਦਾ ਨਹੀਂ ਜੀ ਫਿਰ ਗੋਲੀ ਖਾਣ ਨਾਲ? ਨਹੀਂ, ਸ਼ੂਗਰ ਗੋਲੀ ਖਾਣ ਨਾਲ ਕਦੋਂ ਘੱਟਦਾ? ਗੋਲੀ ਖਾਣ ਨਾਲ ਅੱਜ ਤੱਕ ਤੁਸੀਂ ਦੇਖ ਲਓ ਵੀ ਇੱਕ ਵੀ ਬੰਦੇ ਦਾ, ਕਿਸੇ ਦਾ ਸ਼ੂਗਰ ਅਗਰ ਅੱਜ ਤੱਕ ਘਟਿਆ ਜਾਂ ਸ਼ੂਗਰ ਖਤਮ ਹੋਇਆ, ਮੇਰੇ ਕੋਲ ਲੈ ਕੇ ਆ ਜਾਓ ਉਹਨੂੰ। ਤੁਸੀਂ ਮੰਨ ਲਓ BP ਦੀ ਗੋਲੀ ਖਾ ਲਓ, ਸ਼ੂਗਰ ਦੀ ਖਾ ਲਓ, ਡਿਪਰੈਸ਼ਨ ਦੀ ਖਾ ਲਓ, ਦਰਦਾਂ ਦੀ ਖਾ ਲਓ, ਜਾਂ ਪੇਟ ਗੈਸ ਤੇਜ਼ਾਬ ਦਾ ਕੈਪਸੂਲ ਖਾ ਲਓ, ਕਿਸੇ ਬੰਦੇ ਨੂੰ ਤੁਸੀਂ ਇਹ ਦੇਖੋ ਵੀ ਅੱਜ ਤੱਕ 2-4 ਸਾਲ ਖਾ ਕੇ ਉਹਦਾ ਸੁਧਾਰ ਹੋਇਆ, ਉਹਦਾ ਇਲਾਜ ਹੋਇਆ, ਉਹ ਠੀਕ ਹੋਇਆ, ਨਹੀਂ ਹੁੰਦਾ। ਗੋਲੀਆਂ ਖਾਣ ਨਾਲ ਸਗੋਂ ਤੁਸੀਂ ਆਪਣੀ ਦਿਨ ਪਰ ਦਿਨ ਉਮਰ ਘਟਾ ਰਹੇ ਹੋ। 4 ਕੁ ਗ੍ਰਾਮ ਚਰੈਤਾ ਕੱਚ ਦੇ ਗਲਾਸ ਦੇ ਵਿੱਚ ਰਾਤ ਨੂੰ ਭਿਉਂ ਦੇਣਾ, ਸਵੇਰੇ ਉੱਠ ਕੇ ਉਹਨੂੰ ਖਾਲੀ ਪੇਟ ਪੀ ਲੈਣਾ। ਦਿਨਾਂ ਦੇ ਵਿੱਚ ਬੰਦੇ ਦਾ BP ਅਤੇ ਸ਼ੂਗਰ ਕੰਟਰੋਲ ਹੁੰਦਾ ਜਾਊਗਾ, ਦਿਨਾਂ ਦੇ ਵਿੱਚ ਹੀ, ਜਿਹੜਾ ਤੁਸੀਂ 10-10 ਸਾਲ ਤੋਂ ਗੋਲੀਆਂ ਖਾ ਕੇ ਵੀ ਨਹੀਂ ਕੰਟਰੋਲ ਕਰ ਸਕਦੇ। ਗੁੱਟੀ ਹੈ ਜਿਹੜੀ ਉਹ ਕੱਚ ਦੇ ਗਲਾਸ ਦੇ ਵਿੱਚ ਭਿਉਂ ਦੇਣੀ ਹੈ, ਰਾਤ ਨੂੰ ਸੌਣ ਲੱਗੇ ਪੀ ਲੈਣੀ ਹੈ, ਜਿਹਦੇ ਨਾਲ ਉਹਨਾਂ ਦਾ BP ਵੀ ਕੰਟਰੋਲ ਹੋਏਗਾ ਅਤੇ ਨਾਲ ਜਿੰਨਾ ਮਨ 'ਤੇ ਬੋਝ ਹੈ ਉਹ ਵੀ ਹੋਏਗਾ। ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਵਾਸਤੇ ਅੰਮ੍ਰਿਤ ਦੇ ਬਰਾਬਰ ਇਹ ਚੀਜ਼। ਰਾਟੇ ਨੀਂਦ ਦੇ ਵਿੱਚ ਹਰ ਬੰਦੇ ਦੇ ਪੇਟ ਦੇ ਵਿੱਚ ਅੱਜ ਕੱਲ੍ਹ ਖੁਸ਼ਕੀ ਹੈ। ਜਿੰਨੀ ਤੁਹਾਡੇ ਨਸਾਂ ਦੇ ਵਿੱਚ, ਛਾਤੀ ਦੇ ਵਿੱਚ ਖੁਸ਼ਕੀ ਆਊਗੀ, ਉਨਾ ਤੁਹਾਡੀ ਛਾਤੀ ਹੈ ਜਿਹੜਾ ਗਲਾ ਉਨਾ ਜ਼ਿਆਦਾ ਆਵਾਜ਼ ਕਰੂਗਾ। ਬਹੁਤ ਬੰਦੇ ਤਾਂ ਇੱਦਾਂ ਦੇ ਨਹੀਂ, ਜਦੋਂ ਖਰਾਟੇ ਲੈਂਦੇ ਨੇ ਐਂ ਲੱਗਦਾ ਜਿਵੇਂ ਪੀਟਰ ਇੰਜਨ ਚੱਲ ਪਿਆ ਹੋਵੇ। ਉਹਨਾਂ ਵਾਸਤੇ ਆਪਾਂ ਇੱਕ ਹੋਰ ਚੀਜ਼ ਦੱਸਦੇ ਹਾਂ, ਰਾਤ ਨੂੰ ਜਿਹੜਾ ਬੰਦਾ ਅੱਧਾ ਚਮਚ ਗਰਮ ਪਾਣੀ ਦੇ ਨਾਲ ਦੇਸੀ ਘੀ ਲੈਂਦਾ, ਉਹਨੂੰ ਕਦੇ ਖਰਾਟੇ ਨਹੀਂ ਆਉਣਗੇ, ਕਦੇ ਬੰਦੇ ਨੂੰ ਨੀਂਦ ਦੀ ਪ੍ਰੋਬਲਮ ਨਹੀਂ ਆਊਗੀ, ਕਦੇ ਬੰਦੇ ਨੂੰ ਕਬਜ਼ ਨਹੀਂ ਹੋਊਗੀ। ਜਿਹੜੇ ਬੰਦੇ ਦੇ ਅੰਦਰ ਖੁਸ਼ਕੀ ਰਹਿੰਦੀ ਹੈ, ਵੀ ਪੇਟ ਵੱਧਦਾ, ਇਕੱਲਾ ਦੇਸੀ ਘੀ ਖਾਣ ਨਾਲ, ਡਾਕਟਰ ਤਾਂ ਕਹਿੰਦੇ ਨੇ ਵੀ ਦੇਸੀ ਘੀ ਖਾਣ ਨਾਲ ਮੋਟਾਪਾ ਆਉਂਦਾ, ਪਰ ਮੈਂ ਕਹਿੰਦਾ, ਮੈਂ ਗਰੰਟੀ ਲਿਖ ਕੇ ਦਿੰਦਾ ਵੀ ਦੇਸੀ ਘੀ ਦੇ ਨਾਲ ਮੋਟਾਪਾ ਘੱਟਦਾ, ਪਰ ਹੋਣਾ ਪਿਓਰ ਚਾਹੀਦਾ। ਉਹਦਾ ਤੇਲ ਕਢਾਉਣਾ ਰਾਤ ਨੂੰ ਸੌਣ ਲੱਗੇ, 2-2, 3-3 ਬੂੰਦਾਂ ਚੰਗੀ ਤਰ੍ਹਾਂ ਪਿੱਛੇ ਨੂੰ ਟੇਢਾ ਸਿਰ ਕਰਕੇ, ਬੈੱਡ ਦੇ ਪਿੱਛੇ ਨੂੰ ਸਿਰ ਟੇਢਾ ਕਰਕੇ 2-2 ਬੂੰਦਾਂ ਨੱਕ 'ਚ ਪਾਓ ਅਤੇ ਉਹਨੂੰ ਇੱਕਦਮ ਨਸਵਾਰ ਵਾਂਗੂ ਪਿੱਛੇ ਨੂੰ ਖਿੱਚਣਾ, ਤਾਂ ਖਰਾਟੇ ਤੁਹਾਡੇ 15-20 ਦਿਨ ਦੇ ਵਿੱਚ ਜਿਹੜੇ ਹੈਗੇ ਆ ਉਹ ਲਗਭਗ 70-80% ਖਤਮ ਹੋ ਜਾਣਗੇ। ਫਿਰ ਬੱਚਾ ਸਾਡਾ ਲੇਸ, ਕੁਰਕਰੇ, ਕੋਲਡ ਡਰਿੰਕ, ਸੋਫਟ ਡਰਿੰਕ ਵੱਲ ਨੂੰ ਜਾਂਦਾ, ਤਾਂ ਕਿਹੜੀਆਂ ਬਿਮਾਰੀਆਂ ਨੂੰ ਜਿਨ੍ਹਾਂ ਤੋਂ ਕੋਈ ਨਹੀਂ ਬਚਾ ਸਕਦਾ? ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ TV ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਅਸੀਂ ਜਿਹੜਾ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਦੁੱਗਰੀ ਧਾਂਦਰਾ ਰੋਡ ਦੇ ਉੱਤੇ, ਜਿੱਥੇ ਲੋਕਾਂ ਦੀ ਭਾਰੀ ਮੰਗ ਤੋਂ ਬਾਅਦ, ਉੱਚਾ ਪਿੰਡ ਸੰਘੌਲ ਤੋਂ ਬਾਅਦ ਹੁਣ ਜਿਹੜੇ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਨੇ ਡਾਕਟਰ ਜਗਰੂਪ ਸਿੰਘ ਭੰਗੂ, ਉਹ ਹੁਣ ਲੁਧਿਆਣਾ ਦੇ ਵਿੱਚ ਵੀ ਆਪਣਾ ਸੈਂਟਰ ਖੋਲ੍ਹ ਚੁੱਕੇ ਨੇ। ਅਜਿਹੇ ਦੇ ਵਿੱਚ ਅਸੀਂ ਅੱਜ ਉਹਨਾਂ ਦੇ ਲੁਧਿਆਣਾ ਸੈਂਟਰ ਪਹੁੰਚੇ ਹਾਂ ਤਾਂ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਹੁਣ ਜਿਹੜੇ ਲੁਧਿਆਣੇ ਅਤੇ ਇਸਦੇ ਨੇੜੇ ਤੇੜੇ ਦੇ ਇਲਾਕੇ ਦੇ ਲੋਕ ਹੈਗੇ ਨੇ, ਜਿਨ੍ਹਾਂ ਨੂੰ ਵੱਖੋ ਵੱਖ ਦਿੱਕਤਾਂ, ਪਰੇਸ਼ਾਨੀਆਂ, ਸਰੀਰਕ ਬਿਮਾਰੀਆਂ ਹੈਗੀਆਂ ਨੇ, ਉਹ ਹੁਣ ਉਹਨਾਂ ਨੂੰ ਉੱਚਾ ਪਿੰਡ ਸੰਘੌਲ ਜਾਣ ਦੀ, ਇੱਥੋਂ ਸਫ਼ਰ ਕਰਕੇ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਦੁੱਗਰੀ ਧਾਂਦਰਾ ਰੋਡ ਦੇ ਉੱਤੇ ਭੰਗੂ ਆਯੁਰਵੈਦਿਕ ਸੈਂਟਰ ਹੈਗਾ, ਜਿਹੜਾ ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਵੱਲੋਂ ਸ਼ੁਰੂ ਕੀਤਾ ਜਾ ਚੁੱਕਿਆ। ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ, ਇਸ ਵੇਲੇ ਇਹ ਦੁੱਗਰੀ ਪਿੰਡ ਹੈ, ਇਹ ਮੇਰੇ ਖੱਬੇ ਪਾਸੇ, ਇਸ ਨੂੰ ਫੇਜ਼ 1 ਵਾਲੀ ਮਾਰਕੀਟ ਹੈ ਜਿਹੜੀ ਉਹ ਕਿਹਾ ਜਾਂਦਾ। ਜਿਵੇਂ ਅਸੀਂ ਦੁੱਗਰੀ ਧਾਂਦਰਾ ਰੋਡ ਦੇ ਉੱਤੇ ਪਹੁੰਚਦੇ ਹਾਂ ਤਾਂ ਇਹ ਐਂਟਰੈਂਸ ਹੈਗੀ ਹੈ ਇੱਥੋਂ ਜਿਹੜੀ ਭੰਗੂ ਆਯੁਰਵੈਦਿਕ ਸੈਂਟਰ ਦੇ ਫਸਟ ਫਲੋਰ ਦੇ ਉੱਤੇ ਬਣਿਆ, ਉੱਥੇ ਜਾਂਦੀ ਹੈ। ਸੋ ਆਓ ਅਸੀਂ ਵੀ ਜਿਹੜੀ ਅੱਜ ਗੱਲਬਾਤ ਕਰਦੇ ਹਾਂ ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਨਾਲ, ਕਿ ਲੁਧਿਆਣੇ ਦੇ ਵਿੱਚ ਆਯੁਰਵੈਦਿਕ ਸੈਂਟਰ ਖੋਲ੍ਹਣ ਦਾ ਉਹਨਾਂ ਦਾ ਕੀ ਮਕਸਦ ਹੈ। ਸੋ ਅਸੀਂ ਪਹੁੰਚ ਚੁੱਕੇ ਹਾਂ ਭੰਗੂ ਆਯੁਰਵੈਦਿਕ ਸੈਂਟਰ ਦੁੱਗਰੀ ਧਾਂਦਰਾ ਰੋਡ ਦੇ ਉੱਤੇ, ਜਿੱਥੇ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਨੇ, ਜਿਹੜੇ ਉਹ ਲੋਕਾਂ ਦੀਆਂ ਬਿਮਾਰੀਆਂ, ਲੋਕਾਂ ਦੀਆਂ ਸਮੱਸਿਆਵਾਂ ਆਪੋ ਆਪਣੇ ਛੋਟੇ ਛੋਟੇ ਟੋਟਕਿਆਂ ਦੇ ਜ਼ਰੀਏ ਉਹ ਕਰਦੇ ਨੇ। ਪਿਛਲੇ ਦਿਨੀ ਅਜਵਾਇਣ ਵਾਲਾ ਉਹਨਾਂ ਦਾ ਫਾਰਮੂਲਾ ਹੈਗਾ ਜਿਹੜਾ ਕਾਫੀ ਵਾਇਰਲ ਹੋਇਆ, ਔਰ ਬਹੁਤ ਲੋਕਾਂ ਨੇ ਉਸਦਾ ਫਾਇਦਾ ਵੀ ਲਿਆ। ਸੋ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ, ਉਸ ਤੋਂ ਪਹਿਲਾਂ ਅਸੀਂ ਮੁਬਾਰਕਬਾਦ ਵੀ ਦੇ ਦਿੰਦੇ ਹਾਂ ਕਿ ਲੋਕਾਂ ਦੀ ਸਹੂਲਤ ਵਾਸਤੇ, ਲੋਕਾਂ ਦੀ ਭਾਰੀ ਡਿਮਾਂਡ ਤੋਂ ਬਾਅਦ ਡਾਕਟਰ ਜਗਰੂਪ ਸਿੰਘ ਭੰਗੂ ਨੇ ਜਿਹੜੇ ਉਹ ਹੁਣ ਲੁਧਿਆਣਾ ਦੇ ਵਿੱਚ ਵੀ ਮਿਲਣਗੇ। ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਤੁਹਾਨੂੰ ਵੀ ਜੀ, ਬਹੁਤ ਸ਼ੁਕਰੀਆ ਤੁਹਾਡਾ ਸਾਡੇ ਕੋਲ ਪਹੁੰਚਣ ਦੇ ਜੀ।
अच्छा लुधियाणा दे विच सेंटर खोलण दा, क्योंकि मैं तो दस्या जिवें लोक मैनूं कह रहे सी कि जी उच्चा पिंड संघौल इक साइड ते पै जांदा है ते सानूं आउण जाण च बड़ी दिक्कत हुंदी है, इक तां इह कारण है, इस तों इलावा वी होर कोई कारण है खास लुधियाणा दे विच आउण दा? देखो जी ये सेंटर पै जांदा है, साढ़े हुण कई मरीज़ अमृतसरों ने जलंधरों ने उन्हां नूं थोड़ा जिहा ड्यूटी करके एक असी संडे दा रखिया दिन, बहुत साढ़े पेशेंट इदां दे ने जिहड़े गौरमेंट सर्विस करदे ने जां ड्यूटियां ने उन्हां नूं संडे तों बिना छुट्टी नहीं हुंदी, इस करके असी फिर उन्हां नूं कहा वी मरीज़ जिहड़ा साडा परेशान ना होवे, इस करके असी संडे दा दिन दित्ता है। तो इत्थे इस सेंटर दे विच मैं खुद मिलिया करांगा, नहीं बहुत ज़्यादा डॉक्टरां दा ये हुंदा वी इत्थे भी सेंटर खोलता उधर भी सेंटर खोलता तो उत्थे होर डॉक्टर नूं बिठा दिंदे आ, पर नहीं मैं हर जिहड़ा भी मेरा सेंटर उत्थे मैं खुद आप अपने मरीज़ नूं खुद मिलदा जी। जी जी अच्छा चलो एक तो कारण ही हो गया, पर डॉक्टर साहब जिहड़ी लुधियाणा हो गया, अमृतसर हो गया, बठिंडा हो गया, पटियाला हो गया, जिहड़े वड्डे शहर हैगे ने इहदे विच जिहड़ियां परेशानियां दिक्कतां भी बड़ियां वड्डियां वड्डियां ने, तुहाडे मुताबिक तुहाडा बड़ा वड्डा तजर्बा है, तो किहड़ियां बीमारियां नाल जिहड़े वड्डे वड्डे शहरां दे लोग ने जिहड़े ओह दो दो चार चार हो रहे ने? देखो जिहड़े जिन्ना वड्डा शहर होगा उन्नी ही उत्थे आबादी वध है, उन्नी ही उत्थे इंडस्ट्री वध है, जिन्नी इंडस्ट्री ज़्यादा होगी उन्ना ही उत्थे पोल्यूशन ज़्यादा जी, पोल्यूशन के कारण लोगों नूं दमा सब तो वड्डी बीमारी है, लोगों की भज दौड़ जिंदगी दी उत्थे इन्नी है वी सब तो वध लोगों नूं शूगर है उत्थे ज़्यादा, शूगर दे नाल बीपी दी, ये दो समस्यावां जिहड़े जिन्ने वड्डे शहर आ जोड़े मर्जी ला लो जिथे कंजस्टड एरिए ने बहुत ज़्यादा उन्हां दे विच बीपी और शूगर की सब तो वध समस्या हैगी है जिहड़ी लोगों नूं देखण नूं सानूं हर रोज़ मिल रही है। तो उनिंद्रा की भी बड़ी समस्या है, उनिंद्रा देखो जी जदों तुसीं बंदे नूं मैंटली हरासमेंट होगी इको कम के पिछे भज्जिया रहिंदा हो 24 घंटे उन्हूं इको कम की टेंशन रहिंदी है उत्थे फिर अनिंद्रा तो जिहड़ी मैंटली अपसैट है बंदा रहिंदा ही रहिंदा। अच्छा इत्थे जिहड़े किसी खास दिन तुसीं मिलिया करोगे लुधियाणे दे विच या रूटीन वाइज चलिया करेगी चैकअप? नहीं नहीं जी इत्थे हर एतवार नूं आपां मिलांगे दुगरी लुधियाणा दे विच, दुगरी फेस वन दे विच हर एतवार नूं मिलांगे जी इत्थे। जी 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 अच्छा तुसीं हरेक वीडियो दे विच डॉक्टर साहब कोई ना कोई नुस्खा हैगा जिहड़ा ओह दे के जांदे हो और तुसीं हमेशा कहिंदे हो कि जिहड़ा तुहाडा इलाज हैगा ओह कुदरत दी गोद दे विच बैठ के होना चाहीदा ना कि गोलियां नाल कैप्सूलां नाल। अज जिहड़ा तुसीं लुधियाणे वास्ते अमृतसर वास्ते जिहड़े लोग बैठे ने, बठिंडे बैठे ने, पटियाले बैठे ने, दिल्ली बैठे ने या होर पंजाब तो बाहर भी जिहड़े लोग वड्डे वड्डे शहरां दे विच जिथे साडा पंजाबी भाईचारा बैठा है विदेशां दे विच भी बैठा है सब नूं लगभग शूगर की बड़ी समस्या है। देखो शूगर की गोली बंदा हर बंदा खाई जांदा पर शूगर ठीक करनी कोई भी नहीं चाहुंदा, चाहे वह मजबूरी करके कह लो चाहे टाइम घट करके कह लो ना तो कसरत करता बंदा, बंदे ने एक सहारा लभ्या होया भी बस मैं सवेरे उठ के गोली खा ला मेरा शुगर घट जूगा, कई मरीज़ों नूं तां इदां दे शुगर घटदा नहीं जी फिर गोली खाण नाल? नहीं शुगर गोली खाण नाल कदों घटदा, गोली खाण नाल अज तक तुसीं देख लो भी एक भी बंदे दा किसी दा शुगर अगर अज तक घटिया जां शुगर खत्म होया मेरे कोल लैके आ जाओ उहनूं, जे किसी एक इंसान दा भी होया, क्योंकि वह गोली सिर्फ दब के रखदी उहदा असर किन्ना हुंदा 8 घंटे साडी बॉडी दे विच उहने 8 घंटे शुगर नूं दब के रखना है, कईआं दा मरीज़ां दा 6-6 साल महीने हो गए 6-6 साल 7-7 साल हो गए गोलियां खांदिआं नूं, पर शुगर हुण की सी पहलां उह 500 mg दी गोली खांदे सी अज्ज उह 1000-1500 ते आ गए, दिन च 3-3 वारी हर वारी खाने तो बाद वह जिहड़ी कह लो गोली खा रहे हैं शुगर फिर भी नहीं उन्हां दा कंट्रोल आ रहा। तुसीं कह लो आयुर्वेदा दे विच आपां उहनूं पक्के ढंग दे नाल पक्के तौर दे विच बिल्कुल गोलियां तो निजात पा सकते हैं, छुटकारा पा सकते हैं, अपने शरीर नूं तंदुरुस्ती वल लैके जा सकते हैं, उहदे वास्ते तुसीं रात नूं की करना है एक सिर्फ एक तुसीं अपने पंसारी दी दुकान तो चिरायता लै लैना है। चिरायता ठीक है जी, चरायता इन्ना क ज़्यादा अमृत है बीपी वाले बंदे वास्ते भी तो शूगर, क्योंकि देखो जी जिन्हों शूगर है वह एक नॉर्मल जी गल है भी उस बंदे का बीपी वादा ही वादा 99% मरीजों के है ही है, जिन्हों बीपी है उन्होंने शूगर भी नाल है ही है, रात को चरायता लो कच के गिलास के 4 ग्राम चरायता कच के गिलास के रात को भिओ देना है, सवेरे उठ के उन्होंने खाली पेट पी लेना है, दिनों के बंदे का बीपी तो शूगर कंट्रोल होंदा जाऊगा दिनों के ही, जिहड़ा तुसीं 10-10 साल तो गोलियां खा के भी नहीं कंट्रोल कर सकते नाल एक सरपगंधा बूटी आउंदी है जिहड़े बंदिआं नूं मैंटली डिप्रैशन रहिंदा नींद नहीं आउंदी हैगी बहुत जिहड़े अपसैट रहिंदे ने और गोली खा के बीपी फिर भी कंट्रोल नहीं हुंदा, उहनां ने सवेरे 2-3 ग्राम सरपगंधा बूटी है जिहड़ी ओह कच दे गलास दे विच भिओ देनी है
रात नूं सौण लगे पी लेनी है, जिहदे नाल उहनां दा बीपी भी कंट्रोल होएगा ते नाल जिन्ना मन ते बोझ है वह भी होएगा। जिन्हां नूं नींद नहीं आउंदी उहनां वास्ते अमृत दे बराबर है चीज़। अच्छा, नींद दे विच होर एक बड़ी समस्या हैगी है जी, लगभग हर दूजे तीजे घर दे विच इह प्रॉब्लम है, खराटे ने, ਉਹ ਬੜੀ ਸਮੱਸਿਆ ਹੈਗੀ ਹੈ ਜੀ। ਖਰਾਟੇ ਨੀਂਦ ਦੇ ਵਿੱਚ ਉਹਦਾ ਕਾਰਨ ਕੀ ਹੁੰਦਾ ਜੀ? ਖਰਾਟੇ ਨੀਂਦ ਦੇ ਵਿੱਚ ਹਰ ਬੰਦੇ ਦੇ ਪੇਟ ਦੇ ਵਿੱਚ ਅੱਜ ਕੱਲ੍ਹ ਖੁਸ਼ਕੀ ਹੈ। ਜਿੰਨੀ ਤੁਹਾਡੇ ਨਸਾਂ ਦੇ ਵਿੱਚ ਛਾਤੀ ਦੇ ਵਿੱਚ ਖੁਸ਼ਕੀ ਆਊਗੀ, ਉਨਾ ਤੁਹਾਡੀ ਛਾਤੀ ਹੈ ਜਿਹੜਾ ਗਲਾ ਉਨਾ ਜ਼ਿਆਦਾ ਆਵਾਜ਼ ਕਰੂਗਾ। ਜਿੰਨੀ ਅੰਦਰ ਖੁਸ਼ਕੀ ਹੋਊਗੀ ਉਨਾ ਉਹਨੇ ਆਵਾਜ਼ ਜ਼ਿਆਦਾ ਕਰਨਾ, ਠੀਕ ਹੈ ਜੀ। ਇਹ ਮੇਨ ਕਾਰਨ ਇਹਦਾ। ਜੇ ਬੰਦਾ ਦੇਸੀ ਘੀ ਖਾਂਦਾ ਰਹੇ ਰਾਤ ਨੂੰ, ਜਿਹੜਾ ਬੰਦਾ ਅੱਧਾ ਚਮਚ ਗਰਮ ਪਾਣੀ ਦੇ ਨਾਲ ਦੇਸੀ ਘੀ ਲੈਂਦਾ, ਉਹਨੂੰ ਕਦੇ ਖਰਾਟੇ ਨਹੀਂ ਆਉਣਗੇ, ਕਦੇ ਬੰਦੇ ਨੂੰ ਨੀਂਦ ਦੀ ਪ੍ਰੋਬਲਮ ਨਹੀਂ ਆਊਗੀ, ਕਦੇ ਬੰਦੇ ਨੂੰ ਕਬਜ਼ ਨਹੀਂ ਹੋਊਗੀ। ਜਿਹੜੇ ਬੰਦੇ ਦੇ ਅੰਦਰ ਖੁਸ਼ਕੀ ਰਹਿੰਦੀ ਹੈ, ਵੀ ਪੇਟ ਵੱਧਦਾ, ਇਕੱਲਾ ਦੇਸੀ ਘੀ ਖਾਣ ਨਾਲ, ਡਾਕਟਰ ਤਾਂ ਕਹਿੰਦੇ ਨੇ ਵੀ ਦੇਸੀ ਘੀ ਖਾਣ ਨਾਲ ਮੋਟਾਪਾ ਆਉਂਦਾ, ਪਰ ਮੈਂ ਕਹਿੰਦਾ, ਮੈਂ ਗਰੰਟੀ ਲਿਖ ਕੇ ਦਿੰਦਾ ਵੀ ਦੇਸੀ ਘੀ ਦੇ ਨਾਲ ਮੋਟਾਪਾ ਘੱਟਦਾ, ਪਰ ਹੋਣਾ ਪਿਓਰ ਚਾਹੀਦਾ, ਘਰ ਦਾ ਹੋਣਾ ਚਾਹੀਦਾ ਤੁਹਾਡੇ। ਰਾਤ ਨੂੰ ਸੌਣ ਲੱਗੇ ਅੱਧੇ ਤੋਂ ਇੱਕ ਚਮਚ ਲਓ ਗਰਮ ਪਾਣੀ ਦੇ ਨਾਲ, ਕਦੇ ਮੋਟਾਪਾ ਨਹੀਂ ਜ਼ਿੰਦਗੀ ਦੇ ਵਿੱਚ ਰਹੂਗਾ। ਅਤੇ ਜਿਹੜੇ ਖਰਾਟੇ ਨੇ, ਬਹੁਤ ਬੰਦੇ ਤਾਂ ਇੱਦਾਂ ਦੇ ਨੇ ਜਦੋਂ ਖਰਾਟੇ ਲੈਂਦੇ ਨੇ ਐਂ ਲੱਗਦਾ ਜਿਵੇਂ ਪੀਟਰ ਇੰਜਨ ਚੱਲ ਪਿਆ ਹੋਵੇ। ਉਹਨਾਂ ਵਾਸਤੇ ਆਪਾਂ ਇੱਕ ਹੋਰ ਚੀਜ਼ ਦੱਸਦੇ ਹਾਂ, ਬਦਾਮ ਰੋਗਨ ਗਰਵੰਦੀ ਗਿਰੀ ਦਾ ਬਦਾਮ ਤੇਲ ਕਢਾ ਲੈਣਾ। ਗਰਵੰਦੀ ਗਿਰੀ ਆਉਂਦੀ ਹੈ, ਖਾਣ ਨੂੰ ਥੋੜ੍ਹੀ ਜਿਹੀ ਕੌੜੀ ਹੁੰਦੀ ਆ, ਆਮ ਬਦਾਮਾਂ ਨਾਲੋਂ ਛੋਟੇ ਬਦਾਮ ਹੁੰਦੇ ਆ, ਉਹਦਾ ਤੇਲ ਕਢਾਉਣਾ। ਰਾਤ ਨੂੰ ਸੌਣ ਲੱਗੇ ਦੋ ਦੋ ਤਿੰਨ ਤਿੰਨ ਬੂੰਦਾਂ ਚੰਗੀ ਤਰ੍ਹਾਂ ਪਿੱਛੇ ਨੂੰ ਟੇਢਾ ਸਿਰ ਕਰਕੇ, ਬੈੱਡ ਦੇ ਪਿੱਛੇ ਨੂੰ ਸਿਰ ਟੇਢਾ ਕਰਕੇ ਦੋ ਦੋ ਬੂੰਦਾਂ ਨੱਕ 'ਚ ਪਾਓ ਅਤੇ ਉਹਨੂੰ ਇੱਕਦਮ ਨਸਵਾਰ ਵਾਂਗੂ ਪਿੱਛੇ ਨੂੰ ਖਿੱਚਣਾ, ਤਾਂ ਖਰਾਟੇ ਤੁਹਾਡੇ 15-20 ਦਿਨ ਦੇ ਵਿੱਚ ਜਿਹੜੇ ਹੈਗੇ ਆ ਉਹ ਲਗਭਗ 70-80% ਖਤਮ ਹੋ ਜਾਣਗੇ। ਅੱਛਾ ਫਿਰ ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਇੱਥੇ ਜਿਹੜਾ ਸ਼ੂਗਰ ਅਤੇ ਬੀ ਪੀ ਦੀ ਸਮੱਸਿਆ ਹੈਗੀ ਹੈ, ਤੁਹਾਡੇ ਮੁਤਾਬਕ ਕਿਹੜੇ ਕਿਹੜੇ ਰੋਗ ਹੈਗੇ ਨੇ ਆਯੁਰਵੇਦ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕੁਦਰਤੀ ਢੰਗ ਦੇ ਨਾਲ ਟ੍ਰੀਟ ਕਰ ਸਕਦੇ ਹਾਂ, ਇਲਾਜ ਕਰ ਸਕਦੇ ਹਾਂ? ਸਰ, ਇਹੋ ਜਿਹਾ ਕੋਈ ਰੋਗ ਹੀ ਨਹੀਂ ਹੈਗਾ ਦੁਨੀਆ ਪਰ ਜਿਹੜਾ ਆਯੁਰਵੇਦ ਦੇ ਢੰਗ ਨਾਲ ਨਾ ਠੀਕ ਕੀਤਾ ਜਾਵੇ। ਕੁਦਰਤ ਦੇ ਹਿਸਾਬ ਨਾਲ ਹਰ ਰੋਗ ਨੂੰ ਠੀਕ ਕੀਤਾ ਜਾ ਸਕਦਾ। ਅਗਰ ਤੁਸੀਂ ਕੈਮੀਕਲਾਂ ਦਾ ਸਹਾਰਾ ਲਓਗੇ ਤਾਂ ਕਿਸੇ ਰੋਗ ਨੂੰ ਵੀ ਠੀਕ ਨਹੀਂ ਕੀਤਾ ਜਾ ਸਕਦਾ। ਤੁਸੀਂ ਮੰਨ ਲਓ ਬੀ ਪੀ ਦੀ ਗੋਲੀ ਖਾ ਲਓ, ਸ਼ੂਗਰ ਦੀ ਖਾ ਲਓ, ਡਿਪਰੈਸ਼ਨ ਦੀ ਖਾ ਲਓ, ਦਰਦਾਂ ਦੀ ਖਾ ਲਓ, ਜਾਂ ਪੇਟ ਗੈਸ ਤੇਜ਼ਾਬ ਦਾ ਕੈਪਸੂਲ ਖਾ ਲਓ, ਕਿਸੇ ਬੰਦੇ ਨੂੰ ਤੁਸੀਂ ਇਹ ਦੇਖੋ ਵੀ ਅੱਜ ਤੱਕ 2-4 ਸਾਲ ਖਾ ਕੇ ਉਹਦਾ ਸੁਧਾਰ ਹੋਇਆ, ਉਹਦਾ ਇਲਾਜ ਹੋਇਆ, ਉਹ ਠੀਕ ਹੋਇਆ, ਨਹੀਂ ਹੁੰਦਾ। ਜਦ ਤੱਕ ਤੁਸੀਂ ਕੁਦਰਤੀ ਚੀਜ਼ਾਂ ਨਹੀਂ ਅਪਣਾਉਂਦੇ, ਜੜੀਆਂ ਬੂਟੀਆਂ ਵੱਲ ਨਹੀਂ ਆਉਂਦੇ, ਆਪਣੇ ਡੇਲੀ ਦੇ ਦਿਨ ਚਰਿਆ ਨੂੰ ਨਹੀਂ ਠੀਕ ਕਰਦੇ, ਉਦੋਂ ਤੱਕ ਬੰਦਾ ਕਦੇ ਵੀ ਨਹੀਂ ਠੀਕ ਹੁੰਦਾ। ਗੋਲੀਆਂ ਖਾਣ ਨਾਲ ਸਗੋਂ ਤੁਸੀਂ ਆਪਣੀ ਦਿਨ ਪਰ ਦਿਨ ਉਮਰ ਘਟਾ ਰਹੇ ਹੋ, ਆਪਣੇ ਸਰੀਰ ਦੇ ਜਿਹੜੇ ਅੰਗਾਂ ਨੂੰ ਉਹਨਾਂ ਨੂੰ ਦਿਨ ਪਰ ਦਿਨ ਤੁਸੀਂ ਕਮਜ਼ੋਰ ਕਰ ਰਹੇ ਹੋ। ਜਿਵੇਂ ਗੱਡੀ ਦਾ ਇੰਜਣ ਇੱਕ ਦਿਨ ਪਰ ਦਿਨ ਕਮਜ਼ੋਰ ਹੁੰਦਾ ਮਾੜਾ ਤੇਲ ਪਾਉਣ ਦੇ ਨਾਲ, ਸੇਮ ਉੱਦਾਂ ਹੀ ਅਸੀਂ ਮਾੜੀਆਂ ਦਵਾਈਆਂ, ਕੈਮੀਕਲ ਵਾਲੀਆਂ ਦਵਾਈਆਂ ਖਾ ਖਾ ਕੇ ਦਿਨ ਪਰ ਦਿਨ ਆਪਣੇ ਸਰੀਰ ਨੂੰ ਖਤਮ ਕਰ ਰਹੇ ਹਾਂ। ਜੋ ਕੁਦਰਤ ਨੇ ਸਾਨੂੰ ਐਡਾ ਵਧੀਆ ਪਵਿੱਤਰ ਸਰੀਰ ਦਿੱਤਾ, ਉਹਦੇ ਅੰਦਰ ਇੱਕ ਅਸੀਂ ਉਹਨੂੰ ਆਪਣੇ ਰੂੜੀ ਵਾਲੇ ਢੇਰ ਦੇ ਬਰਾਬਰ ਸਮਝਦੇ ਹਾਂ ਕਿ ਤਾਂ ਉਹ ਦਿਨ ਪਰ ਦਿਨ ਜਿਹੜਾ ਖਰਾਬ ਹੁੰਦਾ ਜਾ ਰਿਹਾ, ਇਹਨੂੰ ਪਵਿੱਤਰ ਜਿਹੜਾ ਸਰੀਰ ਹੈ ਇਹਨੂੰ ਸਾਂਭਣਾ ਕਰੋ, ਇਹਦੀ ਕਦਰ ਕਰੋ ਕਿ ਜਿਹੜਾ ਮਨੁੱਖੀ ਜੰਮ ਹੈ ਉਹ ਸਿਰਫ ਇੱਕ ਵਾਰੀ ਮਿਲਦਾ, ਇਹਨੂੰ ਚੰਗੀ ਤਰ੍ਹਾਂ ਹੰਢਾਓ, ਨਾ ਕਿ ਇਹਨੂੰ ਦਿਨ ਕੱਟਣ ਦੀ ਕੋਸ਼ਿਸ਼ ਨਾ ਕਰੋ, ਇਹਨੂੰ ਹੰਢਾਉਣ ਦੀ ਕੋਸ਼ਿਸ਼ ਕਰੋ ਵੀ ਵਧੀਆ ਢੰਗ ਨਾਲ ਇਹਨਾਂ ਨੂੰ ਸੁਖੀ ਜੀਵਨ ਨੂੰ ਹੰਢਾਇਆ ਜਾਵੇ। ਜੀ ਜੀ, ਤੁਸੀਂ ਦਿਨ ਚਰਿਆ ਦੀ ਰੋਜ਼ਮਰਰਾ ਦੀ ਗੱਲ ਕੀਤੀ ਹੈ, ਰੋਜ਼ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਹੈ, ਤੁਸੀਂ ਅਕਸਰ ਕਹਿੰਦੇ ਵੀ ਹੋ, ਮਰੀਜ਼ਾਂ ਨੂੰ ਵੀ ਸਮਝਾਉਂਦੇ ਹੋ ਕਿ ਜੇਕਰ ਅਸੀਂ ਆਪਣੀ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਹੈਗੀ ਹੈ, ਜਿਹੜੀ ਸਾਡੀ ਰੋਜ਼ਾਨਾ ਦੀ ਰੂਟੀਨ ਹੈਗੀ ਹੈ, ਉਹਨੂੰ ਸੈੱਟ ਕਰ ਲਈਏ ਤਾਂ 70-80% ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਹ ਕਿਵੇਂ? 70-80% ਨਹੀਂ ਜੀ, 100%। ਜਿਹੜਾ ਬੰਦਾ ਆਪਣੇ ਸਰੀਰ ਦੀ ਕਦਰ ਕਰਦਾ ਉਹ ਕਦੇ ਬਿਮਾਰ ਨਹੀਂ ਹੁੰਦਾ, ਜਿਹੜਾ ਇਨਸਾਨ ਚੰਗੇ ਕਰਮ ਕਰਦਾ ਉਹ ਕਦੇ ਬਿਮਾਰ ਨਹੀਂ ਹੁੰਦਾ, ਜਿਹੜਾ ਇਨਸਾਨ ਆਪਣੇ ਮਨ ਦੇ ਵਿੱਚ ਮੈਲ ਭਰੂਗਾ ਔਰ ਸਰੀਰ ਦੇ ਵਿੱਚ ਪੇਟ ਲਈ ਗੰਦਾ ਖਾਣਾ ਖਾਊਗਾ, ਗਲਤ ਤਰੀਕੇ ਨਾਲ ਖਾਊਗਾ, ਬਾਹਰਲੇ ਖਾਣਿਆਂ ਦਾ ਸੇਵਨ ਕਰੂਗਾ, ਉਹ ਸਦਾ ਬਿਮਾਰ ਰਹੂਗਾ। ਜਿਹੜਾ ਇਨਸਾਨ ਦਿਮਾਗੋਂ ਔਰ ਖਾਣ ਪੱਖੋਂ ਸਹੀ ਢੰਗ ਨਾਲ ਚੱਲ ਗਿਆ ਤਾਂ ਜ਼ਿੰਦਗੀ ਦੇ ਵਿੱਚ ਕਦੇ ਪਰੇਸ਼ਾਨ ਨਹੀਂ ਹੁੰਦਾ, ਕਦੇ ਬਿਮਾਰ ਨਹੀਂ ਹੁੰਦਾ, ਔਰ ਕੁਦਰਤ ਦੇ ਨਾਲ ਚੱਲਦਾ, ਕੁਦਰਤ ਦੇ ਨਿਯਮ ਦੇ ਅਨੁਸਾਰ ਚੱਲਦਾ ਜਿਹੜਾ ਬੰਦਾ ਉਹ ਕਦੇ ਜ਼ਿੰਦਗੀ 'ਚ ਬਿਮਾਰ ਨਹੀਂ ਹੁੰਦਾ। ਜੀ ਜੀ। ਅੱਛਾ, ਅਤੇ ਫਿਰ ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਇਸ ਵੇਲੇ ਜਿਹੜੇ ਬੱਚੇ ਹੈਗੇ ਨੇ, ਬਹੁਤ ਸਾਰੇ ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਲੇਜ਼, ਕੁਰਕੁਰੇ ਜਾਂ ਅਸੀਂ ਕਹਿ ਲਈਏ ਜੀ ਹੋਰ ਬਹੁਤ ਸਾਰੇ ਜਿਹੜੇ ਫਾਸਟ ਫੂਡ ਹੈਗੇ ਨੇ, ਉਹਨਾਂ ਨੂੰ ਫਿਰ ਜਿਹੜੀਆਂ ਅਲੱਗ ਅਲੱਗ ਬਿਮਾਰੀਆਂ ਨੇ, ਅਗਰ ਬੱਚਾ ਸਾਡਾ ਲੇਜ਼, ਕੁਰਕਰੇ, ਕੋਲਡ ਡਰਿੰਕ, ਸੌਫਟ ਡਰਿੰਕ ਵੱਲ ਨੂੰ ਜਾਂਦਾ, ਤਾਂ ਕਿਹੜੀਆਂ ਬਿਮਾਰੀਆਂ ਨੂੰ ਜਿਨ੍ਹਾਂ ਤੋਂ ਕੋਈ ਨਹੀਂ ਬਚਾ ਸਕਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਵਿੱਚ ਲੀਵਰ ਫੇਲੀਅਰ ਦੀ ਬਿਮਾਰੀ ਅੱਜ ਕੱਲ੍ਹ ਆ ਰਹੀ ਹੈ ਬਹੁਤ ਜ਼ਿਆਦਾ। ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਤੁਸੀਂ ਦੇਖੋ, ਇੱਕ ਇੱਕ 2-2 ਸਾਲ ਦੇ ਬੱਚਿਆਂ ਨੂੰ ਇਨਸੂਲਿਨ ਲੱਗ ਰਹੀ ਹੈ। ਕਿਉਂ ਲੱਗ ਰਹੀ ਹੈ? ਕਿਉਂਕਿ ਕਿੰਨੇ
ਟੌਫੀਆਂ ਵਗੈਰਾ ਹੋ ਗਈਆਂ ਜਾਂ ਗਲਤ ਤਰ੍ਹਾਂ ਦੇ ਜਿਹੜੇ ਆਪਣੇ ਸ਼ੂਗਰ ਭਰਪੂਰ ਖਾਣੇ ਖਾ ਰਹੇ ਹਾਂ, ਬਾਹਰਲੇ ਉਹ ਮੈਦੇ ਦੇ ਭਰਪੂਰ ਖਾਣੇ ਖਾ ਰਹੇ ਹਾਂ, ਉਹਦੇ ਕਰਕੇ ਬੱਚਿਆਂ ਨੂੰ ਲੀਵਰ ਅਤੇ ਸਭ ਤੋਂ ਵੱਧ ਸ਼ੂਗਰ ਮਾਰ ਕਰ ਰਿਹਾ। ਤੁਸੀਂ ਦੇਖਿਆ ਬੱਚੇ ਸੱਤ ਸੱਤ ਅੱਠ ਅੱਠ ਸਾਲ ਦੇ ਹੋ ਰਹੇ ਹਾਂ, ਉਹਨਾਂ ਦੀ ਬੋਡੀ ਗਰੋਥ ਨਹੀਂ ਕਰ ਰਹੀ, ਉਹਨਾਂ ਦਾ ਕੱਦ ਨਹੀਂ ਵੱਧ ਰਿਹਾ। ਜਦ ਤੁਸੀਂ ਗਲਤ ਤਰ੍ਹਾਂ ਦੇ ਖਾਣੇ ਖਾਓਗੇ ਬੱਚਿਆਂ ਦੇ ਕਦੇ ਵੀ ਕੱਦ ਨਹੀਂ ਵਧਣੇ, ਉਹ ਕੱਦ ਵਧਣਾ ਬਿਲਕੁਲ ਉਹਨਾਂ ਦਾ ਰੁਕ ਜੂਗਾ। ਅਗਰ ਉਹਨਾਂ ਨੂੰ ਡਾਇਟ ਚੰਗੀ ਤਰ੍ਹਾਂ ਢੰਗ ਨਾਲ ਨਹੀਂ ਮਿਲੂਗੀ ਤਾਂ ਉਹਨਾਂ ਦੇ ਸਰੀਰ ਦਾ ਕਦੇ ਵਿਕਾਸ ਨਹੀਂ ਹੋਣਾ। ਅੱਜ ਕੱਲ੍ਹ ਇੱਕ ਹੋਰ ਬੱਚਿਆਂ ਦੀ ਸਮੱਸਿਆ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬੱਚੇ ਅੱਜ ਕੱਲ੍ਹ ਡਬਲਿਊ ਸ਼ੇਪ ਦੇ ਵਿੱਚ ਬਹੁਤ ਬੈਠਣ ਲੱਗ ਗਏ, ਜਿਹੜੇ ਕਿ ਪਹਿਲਾਂ ਰੂਟੀਨ ਦੇ ਵਿੱਚ ਲੱਤਾਂ ਖੋਲ੍ਹ ਕੇ ਬੈਠਦੇ ਸੀ ਅਤੇ ਉਹ ਡਬਲਿਊ ਸ਼ੇਪ ਦੇ ਵਿੱਚ ਬੈਠਦੇ ਨੇ, ਉਹਦਾ ਕੀ ਕਾਰਨ ਹੁੰਦਾ ਜੀ? ਦੇਖੋ ਸਰ, ਜਦੋਂ ਤੁਸੀਂ ਕਹਿ ਲਓ ਵੀ ਆਪਣੀ ਬੋਡੀ ਦੇ ਵਿੱਚ ਜੋੜਾਂ ਨੂੰ ਲੁਬਰੀਕੇਟ ਨਹੀਂ ਮਿਲਦੀ, ਇੱਕ ਤਰ੍ਹਾਂ ਦਾ ਕਹਿ ਲਓ ਲਚਕ ਨਹੀਂ ਪੂਰੀ ਮਿਲਦੀ ਹੈਗੀ, ਜਦੋਂ ਖੁਰਾਕ ਨਹੀਂ ਪੂਰੀ ਮਿਲਣੀ, ਹੈ ਨਾ, ਜੇ ਲੇਸਦਾਰ ਖਾਣਾ ਆਪਾਂ ਨੇ ਨਹੀਂ ਖਾਣਾ, ਉਹਦੇ ਵਿੱਚ ਫਰੂਟ ਕਹਿ ਲਓ, ਦੁੱਧ ਦਹੀਂ ਮੱਖਣ ਕਹਿ ਲਓ, ਹੈ ਨਾ, ਇੱਕ ਸਿਆਣਿਆਂ ਦੀ ਪੁਰਾਣੀ ਕਹਾਵਤ ਸੀਗੀ, ਕਹਿੰਦੇ ਦੁੱਧ ਦਹੀਂ ਅਤੇ ਮੱਖਣ ਦੇਹ ਨੂੰ ਨਵਾਂ ਨਵਾਂ ਰੱਖਣ। ਹੁਣ ਜਿਹੜੀਆਂ ਚੀਜ਼ਾਂ ਖਾਣੀਆਂ ਬੱਚਿਆਂ ਨੇ, ਪੁਰਾਣੀਆਂ ਤਲੀਆਂ ਹੋਈਆਂ, ਪਤਾ ਨਹੀਂ ਪੈਕਟਾਂ ਦੇ ਵਿੱਚ ਸਾਲ ਸਾਲ ਦੋ ਦੋ ਸਾਲ ਦੀਆਂ ਪੈਕ ਕਰੀਆਂ ਪਈਆਂ, ਉਹ ਇੰਨੀਆਂ ਪੁਰਾਣੀਆਂ ਖਾਣਾ ਖਾ ਕੇ ਤੁਸੀਂ ਕਹਿ ਲਓ ਵੀ ਕਿੱਦਾਂ ਤੁਹਾਡੇ ਬੱਚਿਆਂ ਦੇ ਜੋੜਾਂ ਦੇ ਵਿੱਚ ਲਚਕ ਆ ਜੂਗੀ, ਉਹ ਫਿਰ ਤੁਸੀਂ ਕਹਿ ਲਓ ਵੀ ਉਹਨਾਂ 'ਤੇ ਬੈਠਿਆ ਨਹੀਂ ਜਾਂਦਾ, ਜੇ ਬੈਠ ਜਾਂਦੇ ਆ ਫਿਰ ਖੜਿਆ ਨਹੀਂ ਜਾਂਦਾ। ਬੱਚੇ ਤੁਸੀਂ ਦੇਖ ਲਓ 5-5 ਸਾਲ ਦੇ ਧਰਤੀ ਦੇ ਥੱਲੇ ਹੱਥ ਲਾ ਕੇ ਸਹਾਰਾ ਲੈ ਕੇ ਉੱਠਦੇ ਨੇ ਅੱਜ ਕੱਲ੍ਹ, ਕਿਉਂ? ਕਿਉਂਕਿ ਉਹਨਾਂ ਦੇ ਜੋੜ ਖੁਸ਼ਕ ਹੋ ਚੁੱਕੇ ਨੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਨਵਾਂ ਸੈਂਟਰ ਹੈਗਾ ਇੱਥੇ ਤੁਸੀਂ ਲੋਕਾਂ ਵਾਸਤੇ, ਲੋਕਾਂ ਦੀ ਡਿਮਾਂਡ ਤੋਂ ਬਾਅਦ ਤੁਸੀਂ ਸ਼ੁਰੂ ਕੀਤਾ, ਇੱਥੇ ਲੋਕ ਆ ਕੇ ਆਪਣਾ ਫਾਇਦਾ, ਆਪਣੇ ਸਰੀਰ ਦਾ ਫਾਇਦਾ ਜਿਹੜਾ ਉਹ ਜ਼ਰੂਰ ਚੁੱਕਣਗੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਜਗਰੂਪ ਸਿੰਘ ਭੰਗੂ, ਪੰਜਾਬ ਦੇ ਯੰਗੈਸਟ ਵੈਦ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਅਸੀਂ ਜੇਕਰ ਆਪਣੇ ਸਰੀਰ ਨੂੰ ਸਾਂਭ ਲਈਏ ਤਾਂ ਬਹੁਤ ਸਾਰੀਆਂ ਦਿੱਕਤਾਂ, ਪਰੇਸ਼ਾਨੀਆਂ ਜਿਹੜੀਆਂ ਸਾਨੂੰ ਉਹ ਹੋਣਗੇ ਨੇ। ਇੱਕ ਬੱਚਿਆਂ ਬਾਬਤ ਬੜੀ ਖਾਸ ਗੱਲ ਉਹਨਾਂ ਨੇ ਕੀਤੀ ਹੈ ਕਿ ਜਦੋਂ ਤੱਕ ਅਸੀਂ ਬੱਚਿਆਂ ਨੂੰ ਲੁਬਰੀਕੈਂਟ ਯਾਨੀ ਕਿ ਰਸਾਇਣ ਵਾਲਾ, ਰਸ ਵਾਲਾ ਔਰ ਚੀਕਣਾ ਜਿਹੜਾ ਜਿਹਦੇ ਵਿੱਚ ਜਿਹੜੀ ਅਸੀਂ ਕਹਿ ਲਈਏ ਕਿ ਫਾਇਦੇਮੰਦ ਚਿਕਨਾਹਟ ਵਾਲਾ ਖਾਣਾ ਅਸੀਂ ਨਹੀਂ ਦਿੰਦੇ, ਉਦੋਂ ਤੱਕ ਜਿਹੜਾ ਬੱਚਿਆਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ, ਜਵਾਨਾਂ ਦੇ ਵਿੱਚ ਜਿਹੜੀਆਂ ਦਿੱਕਤਾਂ, ਪਰੇਸ਼ਾਨੀਆਂ ਗੋਡਿਆਂ ਮੋਢਿਆਂ ਨਾਲ ਸੰਬੰਧਿਤ, ਦਰਦਾਂ ਨਾਲ ਸੰਬੰਧਿਤ, ਡਿਵੈਲਪਮੈਂਟ ਨਾਲ ਸੰਬੰਧਿਤ ਜਿਹੜੀਆਂ ਉਹ ਆਉਣੀਆਂ ਲਾਜ਼ਮੀ ਨੇ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।